ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਸਰਸਾ ਦੇ ਸਾਬਕਾ MP ਅਤੇ ਰਤੀਆ ਤੋਂ BJP ਦੇ ਉਮੀਦਵਾਰ ਸੁਨੀਤਾ ਦੁੱਗਲ ਦੇ ਨਾਮਾਂਕਣ ਭਰਨ ਤੋਂ ਪਹਿਲਾਂ ਆਯੋਜਿਤ ਕੀਤੀ ਗਈ ਇੱਕ ਜਨਸਭਾ ਦੇ ਦੌਰਾਨ ਵਿਵਾਦਿਤ ਬਿਆਨ ਨੂੰ ਲੈ ਕੇ ਮਾਮਲਾ ਗਹਿਰਾਉਂਦਾ ਜਾ ਰਿਹਾ ਹੈ। ਉਹਨਾਂ ਨੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਲਛਮਣ ਨਾਪਾ ਦੇ ਸਮਰਥਕਾਂ ਵੱਲੋਂ ਰਤੀਆ 'ਚ ਸੁਨੀਤਾ ਦੁੱਗਲ ਦਾ ਪੁਤਲਾ ਫੂਕ ਕੇ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਲਛਮਣ ਨਾਪਾ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਦੇ ਹੋਏ ਮਾਫ਼ੀ ਮੰਗਣ ਅਤੇ ਮਾਣਹਾਨੀ ਦਾ ਨੋਟਿਸ ਦੇਣ ਦੀ ਗੱਲ ਕਹੀ ਹੈ। ਤੁਹਾਨੂੰ ਦੱਸ ਦਈਏ ਕਿ ਨਾਮਾਂਕਣ ਪੱਤਰ ਭਰਨ ਤੋਂ ਪਹਿਲਾਂ ਸੁਨੀਤਾ ਦੁੱਗਲ ਵੱਲੋਂ ਇੱਕ ਜਨਸਭਾ ਰੈਲੀ ਦਾ ਆਯੋਜਨ ਕੀਤਾ ਗਿਆ। ਉਹਨਾਂ ਨੇ ਬਿਆਨ ਦਿੱਤੇ ਸੀ ਕਿ ਤੁਹਾਨੂੰ ਕਦੇ ਵੀ ਇਹੋ ਜਿਹਾ ਵਿਧਾਇਕ ਨਹੀਂ ਮਿਲੇਗਾ ਜਿਹੜਾ ਸੱਟਾ ਲਾਉਂਦਾ ਹੋਵੇ, ਦਾਰੂ ਪੀਂਦਾ ਹੋਵੇ। ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦਿੱਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਇਹ ਬਿਆਨ ਕਾਫ਼ੀ ਵਾਇਰਲ ਹੋ ਰਹੇ ਹੈ, ਜਿਸ ਤੋਂ ਬਾਅਦ ਲਛਮਣ ਨਾਪਾ ਜੋ ਰਤੀਆ ਦੇ ਵਿਧਾਇਕ ਰਹੇ ਹੈ ਔਰ ਟਿਕਟ ਨਾ ਮਿਲਣ ਤੋਂ ਬਾਅਦ ਉਹ ਪਾਰਟੀ ਨੂੰ ਅਲਵਿਦਾ ਕਹਿ ਗਏ ਸੀ, ਅਤੇ ਹੁਣ ਉਹਨਾਂ ਨੇ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਉਹਨਾਂ 'ਤੇ ਮਾਣਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ। ਪਹਿਲਾਂ ਤੁਸੀਂ ਸੁਣੋ ਜੋ ਰੈਲੀ ਦੇ ਦੌਰਾਨ ਸੁਨੀਤਾ ਦੁੱਗਲ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਸੀ ਔਰ ਫਿਰ ਅੱਜ ਜਿਹੜਾ ਵਿਰੋਧ ਕੀਤਾ ਗਿਆ ਸਾਬਕਾ ਵਿਧਾਇਕ ਲਛਮਣ ਨਾਪਾ ਦੇ ਸਮਰਥਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਪੁਤਲਾ ਫੂਕਿਆ ਗਿਆ। ਜੇ ਤੁਸੀਂ ਮੈਨੂੰ ਵਿਧਾਇਕ ਬਣਾਓਗੇ ਨਾ, ਤੁਹਾਨੂੰ ਕਦੇ ਇਹ ਸੁਣਨ ਨੂੰ ਨਹੀਂ ਮਿਲੇਗਾ ਕਿ ਅੱਜ ਸਾਡਾ ਵਿਧਾਇਕ ਉੱਥੇ ਦਾਰੂ ਪੀ ਰਿਹਾ ਸੀ, ਅੱਜ ਸਾਡਾ ਵਿਧਾਇਕ ਉੱਥੇ ਜੂਆ ਖੇਡ ਰਿਹਾ ਸੀ, ਅੱਜ ਸਾਡਾ ਵਿਧਾਇਕ ਉੱਥੇ ਸੱਟਾ ਖੇਲ ਰਿਹਾ ਸੀ। ਤੁਹਾਨੂੰ ਕਦੇ ਇਹ ਸੁਣਨ ਨੂੰ ਨਹੀਂ ਮਿਲੇਗਾ, ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦੀ ਹਾਂ। ਸੁਨੀਤਾ ਦੁੱਗਲ ਮੁਰਦਾਬਾਦ, ਸੁਨੀਤਾ ਦੁੱਗਲ ਮੁਰਦਾਬਾਦ, ਸੁਨੀਤਾ ਦੁੱਗਲ ਮੁਰਦਾਬਾਦ, ਸੁਨੀਤਾ ਦੁੱਗਲ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ, ਸੁਨੀਤਾ ਦੁੱਗਲ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ, ਭਾਈ ਲਕਸ਼ਮਣ ਨਾਪਾ ਜਿੰਦਾਬਾਦ, ਭਾਈ ਲਕਸ਼ਮਣ ਨਾਪਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸੁਨੀਤਾ ਦੁੱਗਲ ਮੁਰਦਾਬਾਦ, ਤਲੀਆਂ ਤੋਂ ਅੱਗ ਲਾਓ ਇਹਦੇ ਪਿੱਛੇ, ਹੋ ਜਾਓ ਥੋੜ੍ਹਾ ਥੋੜ੍ਹਾ ਸ਼ਿਵਜਲ।
ਸੁਨੀਤਾ।